चंद्रेश्वर सिंह मोही वालों प्रशासनिक अधिकारियों नूं पिंड लिदड़ां दे एससी परिवारां नाल संबंधित सांझे काम पहल दे आधार ते करन दी हदायत। ਸੁੰਦਰ ਕੌਰ ਕਮਿਸ਼ਨਰ ਆਏ ਦੀ ਅੱਜ ਕੀ ਸ਼ਾਸਨ ਦੇ ਕੇ ਗਿਆ ਕੀ ਮਸਲਾ ਸੀ ਤੁਹਾਡਾ ਸਾਡਾ ਨਾਲੀ ਦਾ ਮਸਲਾ ਸੀ ਜੀ ਅੱਛਾ ਜੀ ਬਹੁਤ ਸਾਲ ਹੋ ਗਏ ਸਾਨੂੰ ਫਿਰਦਣ ਨੂੰ ਨਾਲੀ ਦਾ ਪਾਣੀ ਸਾਡਾ ਨਿਕਲਦਾ ਨਹੀਂ ਸੀ ਓਕੇ ਇਸੇ ਦੇ ਕਾਰਨ ਸਾਡੀ ਹੁਣ ਸੁਣੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਹਾਂ ਸਰ ਕੀ ਕਾਨੇਡ ਸੂਰੇ ਆਏ ਹਾਂਜੀ ਕੀ ਕਾਨੇਡ ਹੋ ਰਿਹਾ ਇੱਥੇ ਗਲੀਆਂ ਦਾ ਰੌਲਾ ਸੀਗਾ ਕਿ ਇੱਕ ਪਾਸੇ ਦੀ ਰੋਡ ਦੀ ਲੈਵਲਿੰਗ ਨਹੀਂ ਹੋਈ ਹੋਈ ਸੀਗੀ ਪਾਣੀ ਇੱਕ ਪਾਸੇ ਖੜਦਾ ਸੀਗਾ ਉਹ ਹੁਣ ਵੀਡੀਓ ਸਾਹਿਬ ਨੇ ਇੰਸ਼ੋਰੈਂਸ ਦਿੱਤੀ ਆ ਉਹ ਸੋਲਵ ਹੋ ਜੂਗਾ ਹੋ ਜੂਗਾ ਨਹੀਂ ਹੋਇਆ ਨਹੀਂ ਹੋ ਜੂਗਾ ਸੋਲਵ ਅਤੇ ਟਾਈਮ ਲਾਈਨ ਮਾਰਕ ਕੀਤਾ ਹੋਇਆ ਉਹ ਟਾਈਮ ਲਾਈਨ 'ਚ ਸੋਲਵ ਹੋ ਜੂਗਾ ਕੀ ਮਸਲਾ ਸੀ ਐਸ ਸੀ ਕਮਿਸ਼ਨ ਦੇ ਮੈਂਬਰ ਸਾਹਿਬ ਸੀਗੇ ਜੀ ਓਕੇ ਇਹਨਾਂ ਲਵੇ ਸ਼੍ਰੀ ਜਗਤ ਸ਼ੁਕਰ ਮੋਹੀ ਜੀ ਓਕੇ ਮੇਰੀ ਇੱਕ ਕਮਿਸ਼ਨ ਲਵੇ ਰਿਪੋਰਟ ਪਾਈ ਸੀ ਜੀ 2019 ਦੇ ਵਿੱਚ ਠੀਕ ਉਹਦੇ ਮਤਲਬ 2019 ਤੋਂ ਪਈ ਸੀ ਉੱਥੇ ਪੈਂਡਿੰਗ ਇਹਨਾਂ ਨੂੰ ਥੋੜ੍ਹੇ ਦਿਨ ਹੀ ਹੋਏ ਨੇ ਆਏ ਲੱਗਿਆ ਨੂੰ ਕਿਤੇ ਮੈਂਬਰ ਬਣਿਆ ਨੂੰ ਥੋੜ੍ਹੇ ਦਿਨ ਹੀ ਹੋਏ ਨੇ ਮੈਂ ਇਹਨਾਂ ਲਵੇ ਬੇਨਤੀ ਕੀਤੀ ਇਹਨਾਂ ਨੇ ਚੱਕੀ ਮਤਲਬ ਆ ਦੇਖ ਲਓ ਤੁਸੀਂ 5-7 ਦਿਨਾਂ ਦੇ ਵਿੱਚ ਮਤਲਬ ਇਹਨਾਂ ਨੇ ਆਪ ਆ ਕੇ ਮੌਕਾ ਦੇਖਿਆ ਔਰ ਮੌਕਾ ਦੇਖ ਕੇ ਸੰਬੰਧਿਤ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਹੁਕਮ ਕਰਕੇ ਗਏ ਨੇ ਟਾਈਮ ਬਾਉਂਡ ਕਰਕੇ ਗਏ ਨੇ ਵੀ ਇੰਨੇ ਦਿਨਾਂ ਦੇ ਵਿੱਚ ਤੁਸੀਂ ਇਹ ਕੰਮ ਨੂੰ ਕੰਪਲੀਟ ਕਰਕੇ ਮੈਨੂੰ ਰਿਪੋਰਟ ਕਰੋ ਧੰਨਵਾਦ ਕਰਦੇ ਹਾਂ ਅਸੀਂ ਮੋਹੀ ਸਾਹਿਬ ਦਾ ਜਿਨ੍ਹਾਂ ਨੇ ਸਮਾਜ ਲਈ ਟਾਈਮ ਕੱਢਿਆ ਇੱਥੇ ਆ ਕੇ ਸਾਡੇ ਦੁੱਖ ਤਕਲੀਫਾਂ ਸੁਣੀਆਂ ਔਰ ਇਹਨਾਂ ਨੂੰ ਹੁਕਮ ਕਰਕੇ ਗਏ ਨੇ ਧੰਨਵਾਦ ਜੀ ਇਹਨਾਂ ਦਾ ਠੀਕ ਕੀ ਨਾਮ ਹੈ ਦਰਸ਼ਨ ਸਿੰਘ ਕੀ ਮਸਲਾ ਸੀ ਮੇਰੇ ਪਿੰਡ ਦਾ ਵੀਰ ਜੀ ਜੋ ਸਾਡੇ ਪਿੰਡ ਦੇ ਵਿੱਚ ਅੱਜ ਸਿੱਖ ਕਮਿਸ਼ਨ ਸਾਹਿਬ ਜੀ ਪਹੁੰਚੇ ਨੇ ਜੋ ਸਾਡਾ ਐਸ ਸੀ ਸਮਾਜ ਆ ਐਸ ਸੀ ਸਮਾਜ ਨਾਲ ਪਹਿਲਾਂ ਤੋਂ ਹੀ ਧੱਕਾ ਹੋ ਰਿਹਾ ਸਾਡੇ ਐਸ ਸੀ ਸਮਾਜ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਕਿਉਂਕਿ 5 ਸਾਲ ਪਿਛਲੀ ਪੰਚਾਇਤ ਲੰਘ ਚੁੱਕੀ ਹੈਗੀ ਅਤੇ 2 ਸਾਲ ਸਾਡੀ ਪੰਚਾਇਤ ਨੂੰ ਹੋ ਗਿਆ ਵਾਰਡ ਨੰਬਰ 3 ਦੇ ਵਿੱਚ ਵਾਰਡ ਨੰਬਰ 4 ਦੇ ਵਿੱਚ ਯਾਨੀ ਕਿ ਜਿੰਨਾ ਵੀ ਐਸ ਸੀ ਸਮਾਜ ਦਾ ਸਾਡਾ ਇੱਕ ਵੀ ਕੰਮ ਨਹੀਂ ਕੋਈ ਐਸ ਸੀ ਸਮਾਜ ਦਾ ਹੋ ਰਿਹਾ ਨਾ ਕੋਈ ਨਾਲੀਆਂ ਦਾ ਵਿਕਾਸ ਆ ਅਤੇ ਨਾ ਕੋਈ ਸਾਡੇ ਇੰਟਰਲੋਕ ਪਈ ਹੈਗੀ ਮਸਲਾ ਕਾਹਦਾ ਸੀ ਮਸਲਾ ਸੀ ਸਾਡੇ ਜੀ ਨਾਲੀ ਦਾ ਜੋ ਕਿ ਪਿਛਲੀ ਵੀ ਪੰਚਾਇਤ ਲੰਘ ਚੁੱਕੀ ਹੈਗੀ ਕਾਗਜ਼ੀ ਕਾਰਵਾਈ ਦੇ ਵਿੱਚ ਨਾਲੀ ਬਣੀ ਹੋਈ ਆ ਲੇਕਿਨ ਹੁਣ ਤੱਕ ਨਾਲੀ ਨਹੀਂ ਬਣੀ ਧੱਕੇ ਦੇ ਨਾਲ ਉੱਥੇ ਇੰਟਰਲੋਕ ਪਾਈ ਜਾ ਰਹੀ ਸੀ ਜੋ ਕਿ ਅਸੀਂ ਸਾਡੀ ਜਿਹੜੀ ਐਸ ਸੀ ਸਮਾਜ ਦੀ ਪਬਲਿਕ ਸੀ ਅਸੀਂ ਨੇ ਉਹਨਾਂ ਨੂੰ ਰੋਕ ਕੀਤਾ ਉਦੋਂ ਬਾਅਦ ਕਮਿਸ਼ਨਰ ਸਾਹਿਬ ਜੀ ਕੋਲ ਸਾਡਾ ਉਹ ਪਹੁੰਚਿਆ ਇਹ ਪਹੁੰਚੇ ਤਾਂ ਅੱਜ ਸਾਡੇ ਲੀਡਰਾਂ ਦੇ ਵਿੱਚ ਪਹੁੰਚੇ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡਾ ਗੱਲਬਾਤ ਸੁਣੀ ਗਈ ਆ ਅਤੇ ਜਿਹੜੇ ਵੀ ਡੀ ਓ ਸਾਹਿਬ ਨੇ ਜਾਂ ਹੋਰ ਅਫਸਰ ਨੇ ਉਹਨਾਂ ਨੂੰ ਹੁਕਮ ਦਿੱਤਾ ਗਿਆ ਵੀ ਸਾਡਾ ਜਿਹੜਾ ਕੰਮ ਆ ਜਲਦ ਤੋਂ ਜਲਦ ਇਹਨੂੰ ਕੀਤਾ ਜਾਵੇ ਬਹੁਤ ਧੰਨਵਾਦ ਜੀ ਕਿੰਨੇ ਸਾਲਾਂ ਬਾਅਦ ਤੁਹਾਡਾ ਕੰਮ ਹੋਇਆ ਜੀ ਵੀਰ ਜੀ ਸਾਡੇ ਕੰਮ ਨੂੰ ਤਕਰੀਬਨ 7-8 ਸਾਲ ਹੋ ਗਿਆ 5 ਸਾਲ ਪਿਛਲੀ ਪੰਚਾਇਤ ਲੰਘ ਚੁੱਕੀ ਆ ਅਤੇ 2 ਸਾਲ ਵਾਂਗੂ ਸਾਡੀ ਪੰਚਾਇਤ ਹੁਣ ਜਿਹੜੀ ਹੈਗੀ ਮੌਜੂਦਾ ਜੋ ਮੇਰੀ ਵਾਈਫ ਸੁਖਬੀਰ ਕੌਰ ਅੱਜ ਮੌਜੂਦਾ ਪੰਚ ਨੇ ਵਾਰਡ ਨੰਬਰ 3 ਦੇ ਸਾਡੀ ਵੀ ਹੁਣ ਤੀਕਰ ਸਾਤੋਂ ਹਰ ਇੱਕ ਮਤੇ ਪਾਏ ਗਏ ਨੇ ਜਿਹੜੀਆਂ ਕਿ ਇੰਟਰਲੋਕ ਗਲੀਆਂ ਬਣਾਵਾਂਗੇ ਉਹਨਾਂ ਦੇ ਵਿੱਚ ਮਤੇ ਪਾਏ ਗਏ ਨੇ ਸਾਈਨ ਕਰਾਏ ਗਏ ਨੇ ਕੋਈ ਵੀ ਅੱਜ ਤੀਕਰ ਇੰਟਰਲੋਕ ਗਲੀ ਨਹੀਂ ਬਣੀ ਅਤੇ ਨਾ ਹੀ ਸਾਡੀ ਕੋਈ ਜਿਹੜੀ ਨਾਲੀ ਦਾ ਮਸਲਾ ਸੀ ਉਹ ਨਾਲੀ ਬਣਾਈ ਗਈ ਹੈਗੀ ਹੁਣ ਅਸੀਂ ਧੰਨਵਾਦ ਕਰਦੇ ਹਾਂ ਜੋ ਅੱਜ ਸਾਡੇ ਮਸਲਾ ਸੁਣਿਆ ਗਿਆ ਸਾਡਾ ਹੁਣ ਸਾਨੂੰ ਅਹਿਸਾਸ ਆ ਵੀ ਜਲਦੀ ਤੋਂ ਜਲਦੀ ਸਾਡਾ ਜਿਹੜਾ ਕੰਮ ਆ ਬਣ ਜੂਗਾ ਧੰਨਵਾਦ